ਲਓ ਜੀ, ਤੁਹਾਨੂੰ ਗੰਦੇ ਤੋਂ ਗੰਦੇ ਸਵਿੱਚਾਂ ਦੀ ਸਫਾਈ ਆਪਾਂ ਕਿੱਦਾਂ ਕਰਦੇ ਹਾਂ, ਕਿਵੇਂ ਆਪਾਂ ਇਹਨਾਂ ਨੂੰ ਬਿਲਕੁਲ ਸਾਫ਼ ਕਰ ਸਕਦੇ ਹਾਂ ਸਿਰਫ ਵਿੰਡੋ ਸਕਿੰਟੀ ਘਰੇ ਹੀ, ਠੀਕ ਹੈ। ਆਹ ਦੇਖੋ ਕਿੰਨੇ ਗੰਦੇ ਗੰਦੇ ਸਵਿੱਚ ਹੈ ਨਾ, ਅਤੇ ਆਪਣੇ ਆਪ ਹੀ ਸਾਫ਼ ਕਰੋ, ਕਿਸੇ ਤੋਂ ਬਾਹਰ ਦੇ ਤੋਂ ਸਾਫ਼ ਕਰਵਾਉਣ ਦੀ ਜ਼ਰੂਰਤ ਨਹੀਂ, ਅਤੇ ਮੈਂ ਤੁਹਾਡੇ ਨਾਲ ਕਰੂੰਗੀ ਵੀਡੀਓ ਸ਼ੇਅਰ, ਤਦ ਤੱਕ ਤੁਸੀਂ ਬਣੇ ਰਹੋ। ਬਿਲਕੁਲ ਸੌਖਾ ਅਤੇ ਆਸਾਨ ਤਰੀਕਾ। ਹੈਲੋ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਰ ਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਗਾਈਜ਼ ਅੱਜ ਬਣਾਉਣ ਨਹੀਂ ਲੱਗੇ, ਕਰਨ ਲੱਗੇ ਸੀ ਆਪਾਂ ਸਵਿੱਚ ਸਾਫ਼। ਬਾਕੀ ਰਸੋਈ ਮੈਂ ਦੇਖੋ ਸਾਫ਼ ਕਰ ਚੁੱਕੀ ਹਾਂ ਆਪਣੀ, ਠੀਕ ਹੈ। ਅਤੇ ਸਵਿੱਚਾਂ ਦੇਖੋ ਜਿੱਦਾਂ ਤੁਹਾਨੂੰ ਵੀਡੀਓ 'ਚ ਮੈਂ ਦੇਖਿਆ ਸੀਗਾ ਕਿ ਆਹ ਪੀਲਾ ਪੀਲਾ ਨਜ਼ਰ ਆਉਂਦਾ ਹੈ ਨਾ, ਆਹ ਦੇਖੋ ਬਿਲਕੁਲ ਅੱਛਾ ਨਹੀਂ ਹੁੰਦਾ ਨਾ, ਜਿਵੇਂ ਆਪਣੇ ਆਹ ਦਾਗ ਪੈ ਜਾਂਦੇ ਆ, ਯੈਲੋ ਯੈਲੋ ਹੁੰਦਾ। ਇਹ ਬਿਲਕੁਲ ਸੌਖੇ ਤਰੀਕੇ ਨਾਲ ਕਿੱਦਾਂ ਸਾਫ਼ ਕਰਦੀ ਹੁੰਦੀ ਹਾਂ, ਇਹ ਵੀ ਕਰਨ ਲੱਗੀ ਸੀ ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ। ਅਤੇ ਇਹਦੇ ਲਈ ਆਪਾਂ ਕੀ ਲੈਣਾ, ਆਹ ਦੇਖੋ ਆਪਣੇ ਕੋਲ ਕੋਲਗੇਟ ਤਾਂ ਆਪਾਂ ਲੈ ਕੇ ਹੀ ਆਉਂਦੇ ਹਾਂ, ਹੈ ਨਾ ਜੀ। ਇੱਕ ਕੋਲਗੇਟ ਲੈ ਲੈਣੀ ਤੁਸੀਂ ਥੋੜ੍ਹੀ ਜਿਹੀ, ਠੀਕ ਹੈ ਜੀ। ਆਹ ਦੇਖੋ ਥੋੜ੍ਹੀ ਜਿਹੀ ਤੁਸੀਂ ਕੋਲਗੇਟ ਲੈ ਲਓ, ਅਤੇ ਇਹਦੇ ਵਿੱਚ ਹੀ ਪਾ ਲੈਣਾ ਆਪਾਂ ਬੈਕਿੰਗ ਸੋਡਾ, ਠੀਕ ਹੈ ਜੀ, ਜਿਹਨੂੰ ਮਿੱਠਾ ਸੋਡਾ ਵੀ ਤੁਸੀਂ ਬੋਲ ਸਕਦੇ ਹੋ, ਥੋੜ੍ਹਾ ਜਿਹਾ ਪਾ ਲੈਣਾ। ਹੁਣ ਇਹਨੂੰ ਬ੍ਰੱਸ਼ ਨਾਲ ਇੱਦਾਂ ਕਰਕੇ ਘੋਲ ਲੈਣਾ, ਚੰਗੀ ਤਰ੍ਹਾਂ ਮਤਲਬ ਮਿਲਾ ਲੈਣਾ, ਮਿਕਸ ਕਰ ਲੈਣਾ, ਠੀਕ ਹੈ। ਹੁਣ ਇਹਨੂੰ ਮਿਕਸ ਕਰਕੇ ਫਿਰ ਆਪਾਂ ਲਾ ਦੇਣਾ ਇਹਦੇ 'ਤੇ, ਔਰ ਤੁਸੀਂ ਬ੍ਰੱਸ਼ ਲੈਣਾ, ਯਾਦ ਰੱਖਿਓ ਸਵਿੱਚ ਕਰ ਲਾਂਗੇ ਆਪਾਂ ਬੰਦ, ਸਵਿੱਚ ਤੁਸੀਂ ਬੰਦ ਕਰ ਲੈਣਾ ਕਿਉਂਕਿ ਕਰੰਟ ਦਾ ਡਰ ਰਹਿੰਦਾ, ਠੀਕ ਹੈ ਜੀ। ਇਹ ਯਾਦ ਨਾਲ ਤੁਸੀਂ ਸਵਿੱਚ ਬਿਲਕੁਲ ਬੰਦ ਕਰ ਲਿਓ, ਅਤੇ ਆਪਾਂ ਇਹਨੂੰ ਕੀ ਕਰਨਾ, ਜਿਹੜਾ ਕੋਲਗੇਟ ਲੈ ਲਿਆ ਬ੍ਰੱਸ਼ ਦੀ ਸਹਾਇਤਾ ਨਾਲ ਆਪਾਂ ਇਹਨੂੰ ਇੱਦਾਂ ਇੱਦਾਂ ਲਓ ਜੀ ਇੱਦਾਂ ਲਾ ਦੇਣਾ। ਪਹਿਲਾਂ ਚੰਗੀ ਤਰ੍ਹਾਂ ਇਹਨੂੰ ਲਗਾ ਕੇ, ਅਤੇ ਲਓ ਜੀ ਇੱਦਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਲਾ ਦੇਣਾ, ਠੀਕ ਹੈ। ਸਾਰੇ ਇਹ ਬ੍ਰੱਸ਼ ਲੈਣ ਦਾ ਮੇਨ ਮਕਸਦ ਇਹ ਹੁੰਦਾ ਕਿ ਇਹ ਪਲਾਸਟਿਕ ਹੁੰਦਾ, ਪਿੱਛੋਂ ਸੁੱਕਿਆ ਹੁੰਦਾ, ਠੀਕ ਹੈ ਜੀ। ਅਤੇ ਇਹਦੇ ਨਾਲ ਸਾਨੂੰ ਨਾ ਕਰੰਟ ਦਾ ਕੋਈ ਡਰ ਨਹੀਂ ਹੁੰਦਾ ਹੈਗਾ, ਅਤੇ ਇਸ ਤਰ੍ਹਾਂ ਕਰਕੇ ਆਪਾਂ ਸਾਰਾ ਲਾ ਦਾਂਗੇ। ਅਤੇ ਇਸੇ ਤਰ੍ਹਾਂ ਹੀ ਕਰਕੇ ਤੁਸੀਂ ਇਹਨੂੰ ਇੱਦਾਂ ਕਰਕੇ ਬ੍ਰੱਸ਼ ਵਾਂਗੂ ਹੀ ਸਾਫ਼ ਕਰ ਲਿਓ। ਇਹ ਦੇਖਿਓ 5 ਮਿੰਟ ਲਗਾ ਕੇ ਰੱਖੋਗੇ ਨਾ ਤੁਸੀਂ, ਇਹਨੂੰ ਲਾ ਕੇ ਛੱਡ ਦੇਣਾ। ਆਹ ਦੇਖੋ ਜੀ ਮੈਂ ਲਗਾ ਦਿੱਤਾ, ਹੁਣ ਇਹਨੂੰ ਆਪਾਂ ਛੱਡ ਦਾਂਗੇ ਥੋੜ੍ਹੀ ਦੇਰ ਨੂੰ, ਜਿਹੜੀ ਸਾਰੀ ਮੈਲ ਹੈ ਅੱਛੀ ਤਰ੍ਹਾਂ ਉਬਲ ਜਾਏਗੀ। ਲਓ ਜੀ ਲਗਾ ਕੇ ਛੱਡਤਾ ਆਪਾਂ 4 ਚਫੇਰੇ, ਠੀਕ ਹੈ। ਜਿਹੜਾ ਪੀਲੇ ਤੋਂ ਪੀਲਾ ਦਾਗ ਹੈ ਨਾ, ਉਹ ਵੀ ਇਹਦਾ ਉਤਰ ਜਾਏਗਾ, ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਸਾਫ਼ ਕਰਨਾ। ਅਤੇ ਲਓ ਜੀ ਆਹ ਦੇਖੋ 5-7 ਮਿੰਟ 5-10 ਮਿੰਟ ਤੁਸੀਂ ਇੱਦਾਂ ਹੀ ਛੱਡ ਦੇਣਾ, ਤਦ ਤੱਕ ਦੂਜੇ ਕੰਮ ਕਰ ਲਓ, ਠੀਕ ਹੈ। ਹੁਣ ਹੋ ਚੁੱਕੇ ਨੇ ਅਤੇ ਹੁਣ ਆਪਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਰਗੜਾਂਗੇ। ਇਹਨੂੰ ਇੱਦਾਂ ਹੀ ਬ੍ਰੱਸ਼ ਦੇ ਨਾਲ ਤੁਸੀਂ ਰਗੜਨਾ, ਠੀਕ ਹੈ। ਇਹ ਬਿਲਕੁਲ ਸਾਫ਼ ਸੁਥਰੇ ਹੋ ਜਾਣਗੇ, ਬਿਲਕੁਲ ਚਮਕਣ ਲੱਗ ਜਾਣਗੇ। ਜਿੱਦਾਂ ਮੈਂ ਆਪਣੀ ਵੀਡੀਓ 'ਚ ਖੁਦ ਹੀ ਦੇਖ ਰਹੀ ਸੀ ਕਿ ਮੇਰੀ ਰਸੋਈ ਬਾਕੀ ਚਮਕਦੀ ਹੁੰਦੀ ਹੈ, ਅਤੇ ਵੇਲੇ ਨਾ ਸਵਿੱਚ ਮੈਨੂੰ ਬੜਾ ਗੰਦੇ ਲੱਗ ਰਹੇ ਸੀਗੇ, ਅਤੇ ਮੈਨੂੰ ਅੱਛਾ ਨਹੀਂ ਲੱਗਿਆ। ਅਤੇ ਮੈਂ ਕਿਹਾ ਚਲੋ ਮੈਂ ਸਾਫ਼ ਕਰਨ ਲੱਗੀ ਸੀ, ਮੈਂ ਕਿਹਾ ਨਾਲੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ। ਅਤੇ ਨਾ ਤਾਂ ਗਿੱਲਾ ਤੁਸੀਂ ਕੁਛ ਲੈਣਾ, ਠੀਕ ਹੈ, ਕੋਈ ਚੀਜ਼ ਗਿੱਲੀ ਨਹੀਂ ਲੈਣੀ, ਨਾ ਗਿੱਲਾ ਕੱਪੜਾ ਲੈਣਾ, ਨਾ ਗਿੱਲੇ ਹੱਥ ਲਗਾਉਣੇ। ਅਤੇ ਇੱਦਾਂ ਹੀ ਚਾਹੇ ਤੁਸੀਂ ਨੈਪਕਿਨ ਵਗੈਰਾ ਲੈ ਲਿਓ, ਠੀਕ ਹੈ, ਇਹਨੂੰ ਇੱਦਾਂ ਕਰਕੇ ਤੁਸੀਂ ਸਾਫ਼ ਕਰ ਸਕਦੇ ਹੋ। ਸੁੱਕਾ ਹੀ ਲੈਣਾ, ਬਿਲਕੁਲ ਪਾਣੀ ਨਹੀਂ ਲਗਾਉਣਾ। ਆਹ ਦੇਖੋ ਇੱਦਾਂ ਕਰਕੇ, ਆਹ ਦੇਖੋ ਸਵਿੱਚ ਬਿਲਕੁਲ ਸਾਫ਼ ਹੋ ਜਾਣਗੇ। ਜੇਕਰ ਥੋੜ੍ਹੀ ਬਹੁਤ ਰਹਿ ਜਾਏਗੀ ਨਾ, ਤੁਸੀਂ ਇਸੇ ਤਰ੍ਹਾਂ ਹੀ ਰਹੇ, ਥੋੜ੍ਹਾ ਜਿਹਾ ਨਾ ਸਾਡਾ ਔਕ ਵਾਈਟ ਜਿਹਾ ਕਲਰ, ਤਾਂ ਕਰਕੇ ਲੱਗ ਰਿਹਾ ਹੁਣ ਹੈ। ਦੇਖੋ ਬਿਲਕੁਲ ਚਮਕਣ ਲੱਗ ਗਏ ਨਾ, ਅਤੇ ਕਿੰਨਾ ਗੰਦਾ ਲੱਗ ਰਿਹਾ ਸੀ, ਆਹ ਦੇਖੋ ਕਾਲਾਪਨ ਉਤਰ ਕੇ ਬਿਲਕੁਲ। ਇੱਦਾਂ ਕਰਕੇ ਤੁਸੀਂ ਚਮਕਾ ਸਕਦੇ ਹੋ ਆਪਣੇ ਸਵਿੱਚ ਨੂੰ। ਸਵਿੱਚ ਬੋਰਡ ਜੇਕਰ ਚਮਕੇ ਹੋਣਗੇ ਤਾਂ ਹੀ ਸਾਨੂੰ ਵਧੀਆ ਲੱਗਦੇ ਹੈ। ਆਹ ਦੇਖੋ, ਜਾਂ ਫਿਰ ਤੁਸੀਂ ਕੋਟਨ ਦਾ ਕੱਪੜਾ ਜਾਂ ਕੋਟਨ ਲੈ ਕੇ, ਸੁੱਕੀ ਕੋਟਨ ਲੈ ਕੇ ਨਾ, ਦੇਖੋ ਮੈਂ ਸੁੱਕੀ ਕੋਟਨ ਲੈ ਲਈ, ਇਹਦੇ ਨਾਲ ਵੀ ਤੁਸੀਂ ਮਾਰ ਸਕਦੇ ਹੋ, ਠੀਕ ਹੈ। ਜੇਕਰ ਤੁਹਾਨੂੰ ਲੱਗਦਾ ਕਿ ਇਹ ਮਾੜਾ ਮੋਟਾ ਰਹਿ ਗਿਆ, ਤਾਂ ਤੁਸੀਂ ਦੁਬਾਰਾ ਇਸੇ ਤਰ੍ਹਾਂ ਹੀ ਬ੍ਰੱਸ਼ ਨਾਲ
ਸਾਫ਼ ਕਰ ਦਿਉ। ਫਿਰ ਇਹਨੂੰ ਇੱਦਾਂ ਹੀ ਸੁੱਕੀ ਕੋਟਨ ਵਗੈਰਾ ਜਾਂ ਕਿਸੇ ਨਾਲ ਵੀ ਸਾਫ਼ ਕਰਕੇ ਸਕਦੇ ਹੋ। ਹਾਂ ਦੇਖੋ ਚਮਕ ਗਿਆ ਨਾ, ਤੁਹਾਨੂੰ ਵੀ ਦਿਖ ਰਿਹਾ ਹੋਣਾ ਕਿ ਸਾਡਾ ਸਵਿੱਚ ਕਿੰਨਾ ਸਾਫ਼ ਸੁਥਰਾ ਹੋ ਗਿਆ। ਪਰ ਇਹ ਬਿਲਕੁਲ ਸੌਖਾ ਅਤੇ ਬਿਲਕੁਲ ਸਿੰਪਲ ਤਰੀਕਾ ਹੈ, ਨਾ ਇਹਦੇ ਨਾਲ ਸਾਨੂੰ ਕੋਈ ਮਤਲਬ ਡਰ ਹੈ, ਨਾ ਕਰੰਟ ਲੱਗਦਾ, ਔਰ ਸਾਫ਼ ਵੀ ਝੱਟ ਪੱਟ ਹੋ ਜਾਂਦਾ। ਅਤੇ ਮੇਰਾ ਜ਼ਰੂਰ ਦੱਸਿਓ ਇਹ ਵਾਲੇ ਨੁਕਤੇ ਨਾਲ ਤੁਸੀਂ ਜਿਹੜੇ ਗੰਦੇ ਤੋਂ ਗੰਦੇ ਸਵਿੱਚ ਹੁੰਦੇ ਆ ਨਾ ਉਹ ਵੀ ਸਾਫ਼ ਕਰ ਸਕਦੇ। ਅਤੇ ਇਸੇ ਤਰ੍ਹਾਂ ਹੀ ਦੇਖੋ ਸਾਡੇ ਆਹ ਵਾਲੇ ਸਵਿੱਚ ਵੀ ਬਹੁਤ ਗੰਦੇ ਹੋਏ ਪਏ ਆ, ਅਤੇ ਇਹ ਵੀ ਸਵਿੱਚ ਮੈਂ ਇੱਦਾਂ ਹੀ ਸਾਫ਼ ਕਰੂੰਗੀ ਆਪਣੇ। ਆਹ ਦਿਖ ਰਹੇ ਹੋਣੇ ਤੁਹਾਨੂੰ ਅੱਛੀ ਤਰ੍ਹਾਂ, ਦੇਖ ਰਹੇ ਹੋ ਨਾ, ਆਹ ਦੇਖੋ, ਆਹ ਦੇਖ ਇੱਦਾਂ ਹੀ ਇਹਨਾਂ ਨੂੰ ਕੋਲਗੇਟ ਲਾ ਕੇ ਪਹਿਲਾਂ ਲਾ ਲਾਂਗੇ, ਠੀਕ ਹੈ ਜੀ। ਅਤੇ ਲਾਈਟ ਆਪਣੀ ਨਾ ਪਿੱਛੋਂ ਔਫ ਕਰ ਸਕਦੇ ਹੋ ਤੁਸੀਂ, ਠੀਕ ਹੈ, ਨਹੀਂ ਤਾਂ ਵੈਸੇ ਵੀ ਕੋਈ ਡਰ ਨਹੀਂ ਹੈਗਾ। ਜਿਹੜੇ ਇਹ ਬ੍ਰੱਸ਼ ਨਾਲ ਕੋਲਗੇਟ ਲਗਾਓਗੇ ਨਾ, ਕੋਲਗੇਟ ਲਗਾਓਗੇ ਤਾਂ ਇਹਦੇ ਨਾਲ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ। ਆਹ ਦੇਖੋ ਇਹ ਬਹੁਤ ਜ਼ਿਆਦਾ ਗੰਦੇ ਸਵਿੱਚ ਹੋਏ ਆ, ਇਹ ਵੀ ਤੁਹਾਨੂੰ ਦੇਖੋ ਬਿਲਕੁਲ ਚਮਕਦਾਰ ਬਣ ਕੇ ਦਿਖਣਗੇ। ਔਰ ਛੋਟੇ ਛੋਟੇ ਜਿਹੜੇ ਕੰਮ ਕਰਦੇ ਹਾਂ, ਜੋ ਵੀ ਅਸੀਂ ਆਪਣੇ ਘਰ 'ਚ ਕਰਦੇ ਹਾਂ, ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਾਂ। ਵਿੱਚ ਜਿਵੇਂ ਆ ਦੇਖੋ ਨਹੀਂ ਹੱਥ ਜਾਂਦਾ ਨਾ, ਤਾਂ ਹੱਥ ਨਹੀਂ ਲਾਉਣਾ, ਆ ਬ੍ਰੱਸ਼ ਦੀ ਸਹਾਇਤਾ ਨਾਲ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਜਾਂਦੇ ਆ। ਬਸ ਇਹ ਵੀ ਇਸੇ ਤਰ੍ਹਾਂ ਹੀ 5-10 ਮਿੰਟ ਤੁਸੀਂ ਲਾ ਕੇ ਛੱਡ ਦੇਣਾ, ਫਿਰ ਉਸ ਤੋਂ ਬਾਅਦ ਛੋਟੇ ਛੋਟੇ ਕੰਮ ਤੁਸੀਂ ਘਰ ਦੇ ਹੋਰ ਕਰ ਲਓ, ਅਤੇ ਬਾਅਦ 'ਚ ਇਸੇ ਬੋਰਡ ਨੂੰ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਕੋਟਨ ਦੇ ਕੱਪੜੇ ਨਾਲ, ਨੈਪਕਿਨ ਨਾਲ ਜਾਂ ਕੋਟਨ ਦੇ ਨਾਲ ਸਾਫ਼ ਕਰ ਸਕਦੇ ਹੋ। ਅਤੇ ਲਓ ਜੀ ਆਹ ਦੇਖੋ, ਜੇਕਰ ਤੁਹਾਡੇ ਜ਼ਿਆਦਾ ਦਾਗ ਪੈਂਦੇ ਆ ਨਾ ਮੰਨ ਲਓ, ਤਾਂ ਤੁਸੀਂ ਵਿੱਚ ਸਿਰਕਾ ਪਾ ਲੈਣਾ, ਠੀਕ ਹੈ। ਅਤੇ ਤੁਹਾਨੂੰ ਚਾਹੇ ਬੇਸ਼ੱਕ ਸਾਡਾ ਪਲਾਸਟਿਕ ਦਾ ਹੋਵੇ, ਅਤੇ ਫਿਰ ਵੀ ਜੇਕਰ ਤੁਸੀਂ ਚਾਹੋ ਪੋਲੋਥੀਨ ਹੱਥ 'ਤੇ ਪਾ ਸਕਦੇ ਹੋ। ਇੱਕ ਯਾਦ ਨਾ ਰੱਖਿਓ, ਚੱਪਲ ਜ਼ਰੂਰ ਪੈਰ 'ਚ ਪਾ ਕੇ, ਫਿਰ ਸਾਨੂੰ ਕਰੰਟ ਦਾ ਬਿਲਕੁਲ ਡਰ ਨਹੀਂ ਹੁੰਦਾ। ਪੋਲੋਥੀਨ ਪਾਈ ਹੋਏਗੀ ਨਾ, ਸਾਡਾ ਬ੍ਰੱਸ਼ ਵੀ ਬਾਈ ਚਾਂਸ ਗਿੱਲਾ ਹੋ ਜਾਂਦਾ ਹੈ ਜਾਂ ਕੁਛ ਵੀ, ਅਤੇ ਸਾਨੂੰ ਕਰੰਟ ਬਿਲਕੁਲ ਨਹੀਂ ਲੱਗੇ। ਖਾਸ ਕਰ ਭੈਣਾਂ ਇਹ ਧਿਆਨ ਰੱਖਣ, ਬੀਬੀਆਂ ਲੱਗ ਜਾਂਦੀਆਂ ਨਾ ਜਿਵੇਂ ਮੇਰੇ ਵਾਂਗੂ ਮਤਲਬ ਸਾਫ਼ ਕਰਨ ਲੱਗ ਜਾਂਦੀਆਂ, ਠੀਕ ਹੈ। ਹੁਣ ਦੇਖੋ ਸਾਨੂੰ ਕਰੰਟ ਦਾ ਕੋਈ ਡਰ ਨਹੀਂ ਹੋਏਗਾ, ਸਾਡੇ ਪੋਲੋਥੀਨ ਹੱਥ 'ਚ ਹੋਏਗੀ ਨਾ ਜਾਂ ਗਲਵਜ਼ ਪਾ ਸਕਦੇ। ਆਹ ਦੇਖੋ ਹੁਣ ਆਪਾਂ ਇਹਦੇ ਨੂੰ ਇੱਦਾਂ ਹੀ ਸੁੱਕਾ ਲੈ ਲੈਣਾ, ਠੀਕ ਹੈ। ਹੁਣ ਜਿੱਦਾਂ ਮਰਜ਼ੀ ਆਪਾਂ ਸਾਫ਼ ਕਰਾਂਗੇ, ਜੇਕਰ ਸਾਡੇ ਪੋਲੋਥੀਨ ਪਾਈ ਹੋਈ ਹੈ, ਠੀਕ ਹੈ ਜੀ। ਅਤੇ ਇੱਦਾਂ ਕਰਕੇ ਕਿਤੇ ਵੀ ਬਿਲਕੁਲ ਹੀ ਨਹੀਂ ਤੁਹਾਡੇ ਲੱਗੇਗਾ, ਨਾ ਕਰੰਟ ਦਾ ਡਰ ਹੈ ਨਾ ਕੁਛ। ਇਹ ਜੁੱਤੀ ਪਲਾਸਟਿਕ ਦੀ ਜ਼ਰੂਰ ਪਾਣੀ ਹੈ। ਕੋਸ਼ਿਸ਼ ਇਹੀ ਕਰਿਓ ਕਿ ਸਵਿੱਚ ਔਫ ਕਰਕੇ ਅਤੇ ਪਿੱਛੋਂ ਵੀ ਲਾਈਟ ਕੱਟ ਕਰਕੇ, ਕਿਉਂਕਿ ਮੈਨੂੰ ਕੈਮਰੇ ਕਰਕੇ ਥੋੜ੍ਹੀ ਲਾਈਟ ਜਗਾਉਣੀ ਪੈ ਰਹੀ ਹੈ ਨਾ, ਅਤੇ ਇਸ ਕਰਕੇ ਸੋਰੀ ਮੇਰੀ ਲਾਈਟ ਜਗਦੀ ਹੈ, ਅਤੇ ਤੁਸੀਂ ਇਹ ਕਦੀ ਵੀ ਗਲਤੀ ਨਾ ਕਰਿਓ। ਇਸੇ ਕਰਕੇ ਮੈਂ ਦੇਖੋ ਪੋਲੋਥੀਨ ਪਾਈ ਹੈ। ਹਾਂ ਹੁਣ ਆ ਸਵਿੱਚ ਬਿਲਕੁਲ ਸਾਫ਼ ਹੋ ਗਏ, ਚਮਕਦਾਰ ਹੋ ਗਏ, ਕਿੰਨੇ ਗੰਦੇ ਸੀ ਆਹ ਦੇਖ ਸਕਦੇ ਹੋ ਤੁਸੀਂ ਕੋਟਨ 'ਤੇ ਕਿੰਨੀ ਗੰਦਗੀ ਲੱਗੀ ਹੈ, ਹੈ ਨਾ। ਇਸੇ ਤਰ੍ਹਾਂ ਹੀ ਆਪਾਂ ਆਪਣੇ ਸਾਫ਼ ਕੋਟਨ ਦਾ ਕੱਪੜਾ ਲੈ ਕੇ, ਕੋਟਨ ਲੈ ਕੇ ਆਪਾਂ ਆਪਣੇ ਸਾਫ਼ ਕਰ ਸਕਦੇ ਹਾਂ ਸਵਿੱਚਾਂ ਨੂੰ। ਇਸੇ ਤਰੀਕੇ ਨਾਲ ਆਪਣੇ ਗੰਦੇ ਤੋਂ ਗੰਦੇ ਸਵਿੱਚ ਵੀ ਤੁਸੀਂ ਸਾਫ਼ ਕਰ ਸਕਦੇ ਹੋ, ਬਹੁਤ ਸੌਖਾ ਤਰੀਕਾ ਹੈ। ਅਤੇ ਮੈਨੂੰ ਜ਼ਰੂਰ ਦੱਸਿਓ। ਔਰ ਆਹ ਦੇਖੋ ਬੋਰਡ ਵੀ ਤੁਸੀਂ ਚਾਹੇ ਕਿੰਨਾ ਵੀ ਤੁਹਾਡਾ ਗੰਦਾ ਹੋਏਗਾ ਨਾ, ਬੋਰਡ ਵੀ ਤੁਸੀਂ ਇੱਦਾਂ ਹੀ ਸਾਫ਼ ਕਰ ਸਕਦੇ, ਠੀਕ ਹੈ ਜੀ। ਇਹ ਵਾਲਾ ਟ੍ਰਿਕ ਮੇਰਾ ਕਿੱਦਾਂ ਦਾ ਲੱਗਿਆ ਤੁਹਾਨੂੰ ਦੱਸਦੀ ਹਾਂ। ਜੇ ਜ਼ਿਆਦਾ ਹੀ ਗੰਦਾ ਹੋਵੇ ਤਾਂ ਤੁਸੀਂ ਸਿਰਕਾ ਪਾਉਣਾ, ਨਹੀਂ ਤਾਂ ਸਿਰਫ ਕੋਲਗੇਟ ਅਤੇ ਥੋੜ੍ਹੇ ਬੇਕਿੰਗ ਸੋਡੇ ਨਾਲ ਤੁਹਾਡਾ ਬਿਲਕੁਲ ਸਵਿੱਚ ਸਾਫ਼ ਹੋ ਜਾਣਗੇ। ਲਓ ਜੀ ਆਹ ਦੇਖ ਸਕਦੇ ਹੋ ਤੁਸੀਂ, ਸ਼ਾਇਦ ਤੁਹਾਨੂੰ ਕੈਮਰੇ 'ਚ ਦਿਖ ਰਿਹਾ ਹੋਣਾ,
ਬਹੁਤ ਸਾਫ਼ ਸੁਥਰੇ ਮੇਰੇ ਚਿੱਟੇ ਹੋ ਗਏ ਨੇ ਅਤੇ ਇਹ ਥੋੜ੍ਹਾ ਵੈਸੇ ਹੀ ਜਿਵੇਂ ਧੂੰਆਂ ਜਿਹਾ ਲੱਗ ਜਾਂਦਾ ਹੁੰਦਾ ਨਾ ਕਈ ਵਾਰੀ ਆਪਾਂ ਗ੍ਰਿੱਪਾਂ 'ਚ ਤਾਂ ਥੋੜ੍ਹਾ ਤੁਹਾਨੂੰ ਗੰਦਾ ਲੱਗ ਰਿਹਾ ਹੋਣਾ ਹੈ ਵਾ ਨਾ ਬਾਕੀ ਬਿਲਕੁਲ ਚਮਕਦਾਰ ਹੋ ਗਏ ਦੇਖੋ ਸਾਡੇ ਸਵਿੱਚ ਅਤੇ ਉਹਦੀ ਵਜ੍ਹਾ ਨਾਲ ਥੋੜ੍ਹੇ ਕਰੈਕ ਵੀ ਹੋਏ ਹੋਏ ਆ ਤਾਂ ਕਰਕੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਰੈਕ ਹੈ ਔਰ ਇਸੇ ਤਰ੍ਹਾਂ ਸਵਿੱਚ ਆਪਾਂ ਜਿਹੜੇ ਆਪਣੇ ਘਰ ਦੇ ਸਵਿੱਚਾਂ ਨੂੰ ਚਮਕਾਵਾਂਗੇ ਜੇਕਰ ਸਾਡੇ ਘਰ ਦੀ ਸਫਾਈ ਹੋਏਗੀ ਤਾਂ ਹੀ ਸਾਡਾ ਵੀ ਮਨ ਲੱਗੇਗਾ ਹੈ ਨਾ ਜੀ ਸਭ ਤੋਂ ਜ਼ਿਆਦਾ ਬਲੇਮ ਜਨਾਨੀਆਂ 'ਤੇ ਆਉਂਦਾ ਜੀ ਘਰ ਰਹਿ ਕੇ ਕਰਦੀਆਂ ਕੀ ਆਪਾਂ ਇਸ ਕਰਕੇ ਆਪਾਂ ਨੂੰ ਜਿੰਨੀ ਆਪਣੇ ਘਰ ਦੀ ਆਪਾਂ ਸਫਾਈ ਰੱਖਾਂਗੇ ਸਾਨੂੰ ਓਨਾ ਹੀ ਅੱਛਾ ਲੱਗੇਗਾ ਓਨਾ ਹੀ ਸਾਨੂੰ ਵੀ ਖੁਸ਼ੀ ਹੋਏਗੀ ਘਰਦਿਆਂ ਨੂੰ ਅਤੇ ਆਉਣ ਵਾਲੇ ਦੇ ਕਹਿੰਦੇ ਹੁੰਦੇ ਕੰਮ ਆਪਣਾ ਤਾਰੀਫ ਦੂਜੇ ਦੀ ਇਸ ਕਰਕੇ ਸਾਨੂੰ ਇਹ ਚੀਜ਼ਾਂ ਜ਼ਰੂਰ ਛੋਟੀਆਂ ਛੋਟੀਆਂ ਧਿਆਨ ਰੱਖਣੀਆਂ ਚਾਹੀਦੀਆਂ ਅਤੇ ਇਹ ਕਰਨ ਲੱਗੀ ਸੀ ਮੈਂ ਤਾਂ ਚਲੋ ਅਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਅਤੇ ਗਾਈਜ਼ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਸਾਰੇ ਸਵਿੱਚਾਂ ਨੂੰ ਸਾਫ਼ ਕਰੀਓ ਮਿਲਦੇ ਹਾਂ ਕੱਲ੍ਹ ਤੁਹਾਨੂੰ ਨਵੇਂ ਵੀਡੀਓ ਦੇ ਨਾਲ ਪਲੀਜ਼ ਪਿਆਰਾ ਜਿਹਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ